ਜੇ ਆਪਾਂ ਗੱਲ ਕਰ ਲਈਏ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਬਾਰੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਜਿਹੀਆਂ ਖਬਰਾਂ ਨੇ ਜਿਹੜੀਆਂ ਮਿਲੀਆਂ ਨੇ ਕਿ ਉਹਨਾਂ ਦੀ ਸਿਹਤ ਕਾਫੀ ਖਰਾਬ ਸੀ ਪਰ ਜਿਹੜਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਾਂ ਉੱਥੋਂ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਿਹਤ ਸਹੂਲਤ ਵੀ ਸਹੀ ਤਰੀਕੇ ਦੇ ਨਾਲ ਨਹੀਂ ਦਿੱਤੀ ਗਈ ਤੇ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਹੈ ਕਿਉਂਕਿ ਇੱਕ ਕੈਦੀ ਦੇ ਵੀ ਅਧਿਕਾਰ ਹੁੰਦੇ ਨੇ ਦੇਖੋ ਜਦੋਂ ਜੇਲ੍ਹ 'ਚ ਹੈ ਉਹ ਜੇਲ੍ਹ ਪ੍ਰਸ਼ਾਸਨ ਦੇ ਅੰਡਰ ਹੈ ਉਹਨੂੰ ਜਿਹੜੀ ਸਹੂਲਤ ਹੈ ਕੋਈ ਫਰਜ਼ ਕਰੋ ਜਿਸ ਤਰ੍ਹਾਂ ਬਿਮਾਰ ਕਾਫੀ ਰਹੇ ਬਿਮਾਰ ਉਹਨਾਂ ਦੇ ਜਿਹੜੇ ਸੈਲਸੀਓ ਕਾਫੀ ਘਟ ਚੁੱਕੇ ਸੀ ਜੀ ਜੀ 15 ਦਿਨ ਉਹ ਅੰਦਰ ਵੀ ਕੋਈ ਟਰੀਟਮੈਂਟ ਨਹੀਂ ਪ੍ਰੋਪਰ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਜ਼ਿਆਦਾ ਬਿਮਾਰ ਹੋ ਗਏ ਉਹਨਾਂ ਨੂੰ ਜਿਹੜੇ ਪ੍ਰਸ਼ਾਸਨ ਵੱਲੋਂ ਡੀਡੀ ਉਪਾਧਿਆਏ ਹਸਪੀਟਲ ਹੈ ਉਸ ਤੋਂ ਉਹਨਾਂ ਨੂੰ ਰੈਫਰ ਕੀਤਾ ਗਿਆ ਠੀਕ ਹੈ ਪਰ ਉੱਥੇ ਵੀ 5 ਦਿਨ ਰਹਿਣ ਦੇ ਬਾਬਤ ਉਹਨਾਂ ਦਾ ਕੋਈ ਸਹੀ ਇਲਾਜ ਨਹੀਂ ਹੋਇਆ ਉੱਥੋਂ ਦੇ ਜਿਹੜੇ ਜਿਹੜਾ ਦਿੱਲੀ ਸਰਕਾਰ ਦੇ ਅੰਡਰ ਆਉਂਦਾ ਸਤਿੰਦਰ ਜੈਨ ਹੈਲਥ ਮਨਿਸਟਰ ਹੈ ਅਸੀਂ ਉਹਨਾਂ ਤੱਕ ਵੀ ਅਪਰੋਚ ਕੀਤੀ ਉਹਨਾਂ ਦੇ ਇਲਾਜ ਬਾਰੇ ਪਰ ਉਹਨਾਂ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਇੱਥੇ ਤੱਕ ਮੈਂ ਗੱਲ ਕਰਾਂ ਇੰਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਹਨਾਂ ਨੇ ਕੀਤੀ ਹੈ ਵੀ ਮੈਂ ਦੋ ਦਿਨ ਜਦੋਂ ਪਤਾ ਲੱਗਿਆ ਵੀ ਉਹ ਬਿਮਾਰ ਹੈ ਮੈਂ ਸਵੇਰੇ ਹੀ ਤਕਰੀਬਨ 9 ਵਜੇ ਉੱਥੇ ਪਹੁੰਚ ਗਿਆ ਦਿੱਲੀ ਜੀ ਦੋ ਦਿਨ ਮੈਂ ਪੂਰੀ ਜੋਰ ਲਾਇਆ ਜੇਲ੍ਹ ਪ੍ਰਸ਼ਾਸਨ ਤੱਕ ਅਪਰੋਚ ਕੀਤੀ ਅ ਦਿੱਲੀ ਸਰਕਾਰ ਤੱਕ ਅਪਰੋਚ ਕੀਤੀ ਕਿ ਮੈਨੂੰ 10 ਮਿੰਟ ਵਾਸਤੇ ਮਲਾਇਆ ਜਾ ਸਕੇ ਤਾਂ ਕਿ ਜਿਹੜਾ ਇੱਕ ਮਰੀਜ਼ ਦਾ ਹੱਕ ਵੀ ਬਣਦਾ ਬਿਲਕੁਲ ਪਰ ਉਹਨਾਂ ਨੇ ਦੋ ਦਿਨ ਮੇਰੇ ਨਾਲ ਇਸ ਤਰ੍ਹਾਂ ਦਾ ਬਤੀਰਾ ਕੀਤਾ ਵੀ ਮੈਨੂੰ ਉਹਨਾਂ ਮਿਲਣ ਨਹੀਂ ਦਿੱਤਾ ਗਿਆ ਆਖਰ ਉਹਨਾਂ ਨੂੰ 5 ਦਿਨ ਬਾਅਦ ਫੇਰ ਬਾਦ ਜੇਲ੍ਹ ਚ ਭੇਜ ਦਿੱਤਾ ਤੇ ਸੇਤ ਠੀਕ ਹੈ ਹੁਣ ਹਾਂ ਠੀਕ ਹੈ ਦੇਖੋ ਉਹ ਸੇਤ ਦਾ ਵੱਡਾ ਜਿਹੜਾ ਉਹਨਾਂ ਨੂੰ ਮਿਲਿਆ ਵੀ ਜਿਹੜੀ ਸੰਗਤਾਂ ਨੇ ਉਸ ਟਾਈਮ ਜਦੋਂ ਬੁਮਾਰਤੀ ਬਹੁਤ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਹੈ ਤੇ ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਹੈ ਨਹੀਂ ਹੁਣ ਮੁਲਾਕਾਤਾਂ ਬਿਲਕੁਲ ਉਹਨਾਂ ਨੇ ਬੰਦ ਕਰੀਆਂ ਸਿਰਫ ਵਕੀਲਾਂ ਦੀ ਮੁਲਾਕਾਤਾਂ ਉਹਨਾਂ ਨੇ ਖੋਲੀਆਂ ਸੀ ਅੱਛਾ ਕਦੋਂ ਤੋਂ ਬੰਦ ਕੀਤੀਆਂ ਹੋਈਆਂ ਇਹ 2 ਸਾਲ ਹੋ ਗਏ ਜੀ ਕਰੋਨਾ ਕਰਕੇ ਕਰੋਨਾ ਕਰਕੇ ਜੀ ਜੀ ਪਰ ਹੁਣ ਉਹ ਫੇਰ ਉਹਨਾਂ ਨੇ ਮੁਲਾਕਾਤਾਂ ਬੰਦ ਕਰਤੀ ਤੇ ਜੀ ਸਵਾਲ ਆਪਾਂ ਕੱਲੇ ਬੰਦੀ ਸਿੰਘਾਂ ਦਾ ਨਾਂ ਕਰੀਏ ਭਾਰਤ ਦੇ ਵਿੱਚ ਅਜੇ ਹੀ ਹੋਰ ਵੀ ਕੈਦੀ ਹੈਗੇ ਨੇ ਜਿਹੜੇ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਨੇ ਸਿੱਖ ਕੈਦੀਆਂ ਦੇ ਨਾਲ ਦੇ ਕੋਈ ਹੋਰ ਵੀ ਕੈਦੀ ਹੈਗੇ ਨੇ ਦੇਖੋ ਬਹੁਤ ਸਾਰੇ ਜਿੰਨ ਮੈਂ ਗੱਲ ਕਰਾਂ ਬਹੁਤੇ ਮੁਸਲਮਾਨ ਹੈ ਜਾਂ ਘੱਟ ਗਿਣਤੀਆਂ ਦੇ ਜਿਹੜੇ ਹੈ ਜਿਨ੍ਹਾਂ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਹਿੰਦੂ ਜਿਹੜੀ ਇੱਥੇ ਲਾਬੀ ਹੈ ਜੀ ਉਹ ਬਹੁਤ ਸਾਰੇ ਇਸ ਫਿਰਕੇ ਚੋਂ ਜਿਹੜੇ ਜਿਨ੍ਹਾਂ ਨੇ ਬਹੁਤ ਵੱਡੇ ਗਨਾਹ ਕੀਤੇ ਆ ਬਹੁਤ ਵੱਡੇ ਮੁਰਜਮ ਹੈ ਪਰ ਉਹਨਾਂ ਨੂੰ ਬਹੁਤ ਜਲਦੀ ਹੀ ਰਿਹਾ ਕੀਤਾ ਗਿਆ ਉਹ ਪਰਗਿਆ ਸਾਧਵੀ ਸੀ ਉਹਨੂੰ ਰਿਹਾ ਕੀਤਾ ਗਿਆ ਹੋਰ ਤਰ੍ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਆ ਜਿਹਨਾਂ ਨੂੰ ਅ ਧਲਾਉਣੇ ਜੁਰਮ ਕੀਤੇ ਸੀ ਉਹਨਾਂ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਪਰੇ ਬੇਤਕਰਾ ਜਿਹੜਾ ਘੱਟ ਗਿਣਤੀਆਂ ਨਾਲੇ ਇਸ ਦੇਸ਼ ਵਿੱਚ ਕੀਤਾ